ਪਹਿਲਾਂ ਵੀ ਲੋਕ ਗੱਲਾਂ ਕਰਦੇ ਸਨ ਵੀ ਤੂੰ ਕੁਛ ਕਰ ਨਹੀਂ ਰਿਹਾ, ਅਤੇ ਜਦੋਂ ਪਗੜੀ ਸੈਂਟਰ ਖੋਲ੍ਹਤਾ ਉਦੋਂ ਵੀ ਲੋਕ ਗੱਲਾਂ ਕਰਨ ਲੈ, ਤੂੰ ਚੰਗਾ ਭਲਾ ਸਰਦਾਰਾਂ ਦਾ ਮੁੰਡਾ, ਚੰਗਾ ਭਲਾ ਜੱਟਾਂ ਦਾ ਮੁੰਡਾ, ਜ਼ਮੀਨ ਜਾਇਦਾਦ ਤੇਰੇ ਕੋਲ, ਅਤੇ ਤੂੰ 100-100 ਰੁਪਏ ਬਦਲ ਪੱਗ ਬੰਨੇਗਾ। ਮੈਂ ਕਿਹਾ ਜੀ ਅੱਜ 200 ਹੋਏ, ਕੱਲ੍ਹ ਨੂੰ 2000 ਹੋਏਗਾ, ਅਤੇ ਪਰਸੋਂ ਨੂੰ 40,000 ਵੀ ਹੋਏਗਾ। ਪਹਿਲਾਂ ਤਾਂ ਮੈਨੂੰ ਇੱਕ ਮਿੰਟ ਯਕੀਨ ਹੀ ਨਹੀਂ ਹੋਇਆ ਵੀ ਦਲਜੀਤ ਭਾਅ ਜੀ ਵਾਸਤੇ ਮੈਨੂੰ ਫੋਨ ਆਇਆ ਪੱਗ ਬੰਨਣ ਲਈ। ਜਦੋਂ 10x12 ਦੇ ਕਮਰੇ ਦੇ ਵਿੱਚ 20-20 ਪੱਗਾਂ ਮੈਂ 100-100 ਦੇ ਹਿਸਾਬ ਨਾਲ ਬੰਨਦਾ ਹੁੰਦਾ ਸਾਂ, ਅਤੇ ਅੱਜ ਤੁਸੀਂ ਆ ਗਾਣਾ ਤਾਂ ਸੁਣਿਆ ਹੀ ਹੋਣਾ, ਆ ਗਏ ਪੱਗਾਂ ਪੋਚਵੀਆਂ ਵਾਲੇ ਰਹੀਂ ਬਚ ਕੇ ਨਹੀਂ ਰੰਗਲੇ ਦੁਪੱਟੇ ਵਾਲੀਏ। ਤੁਸੀਂ ਆਹ ਵੀ ਗਾਣਾ ਸੁਣਿਆ ਹੋਣਾ, ਮੂਹਰੇ ਬੰਨ ਕੇ ਗੁਲਾਬੀ ਪੱਗ ਖੜਦਾ ਨਹੀਂ ਪੁੱਤ ਜੱਟਾਂ ਦਾ ਏ ਗੱਭਰੂ। ਤੁਸੀਂ ਪੱਗਾਂ ਦੇ ਉੱਤੇ ਗਾਣੇ ਤਾਂ ਬਹੁਤ ਸੁਣੇ ਹੋਣਗੇ, ਪਰ ਕਦੀ ਇਹ ਨਹੀਂ ਸੁਣਿਆ ਹੋਣਾ ਵੀ ਪੱਗ ਨੇ ਕਿਸੇ ਦੀ ਜ਼ਿੰਦਗੀ ਬਦਲ ਦਿੱਤੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰਤਾਪ ਸਿੰਘ ਕੰਗ, ਪਿੰਡ ਰਣਜੀਤ ਨਗਰ ਗੋਂਦਰ, ਜ਼ਿਲ੍ਹਾ ਕਰਨਾਲ, ਹਰਿਆਣਾ। ਮੈਂ ਅੱਜ ਤੁਹਾਨੂੰ ਦੱਸਣ ਆਇਆ ਕਿਵੇਂ ਪੱਗ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਨੂੰ ਸ਼ੁਰੂ ਤੋਂ ਹੀ ਪੱਗ ਦਾ ਬੜਾ ਸ਼ੌਂਕ ਸੀ, ਬੜਾ ਚਾਅ ਸੀ। ਅਕਸਰ ਮੈਂ ਆਪਣੇ ਫਾਦਰ ਸਾਹਿਬ ਨੂੰ ਵੀ ਪੱਗ ਬੰਨਦਿਆਂ ਵੇਖਦਾ ਹੁੰਦਾ ਸਾਂ, ਅਤੇ ਫਿਰ ਮੈਂ ਟਰਾਈ ਕਰਦਾ ਹੁੰਦਾ ਸਾਂ ਵੀ ਇਹ ਕਿਵੇਂ ਪੂਣੀ ਕਰਦੇ ਨੇ, ਕਿਵੇਂ ਇਹ ਬੰਨਦੇ ਨੇ, ਫਿਰ ਮੈਂ ਆਪਣੇ 'ਤੇ ਟਰਾਈ ਕਰਦਾ ਹੁੰਦਾ ਸਾਂ। ਅਤੇ ਪੱਗ ਹੌਲੀ ਹੌਲੀ ਮੈਂ ਹਰ ਰੋਜ਼ ਪ੍ਰੈਕਟਿਸ ਕਰਨੀ, ਮੇਰੇ ਯਾਰ ਦੋਸਤ, ਮੇਰੇ ਭਰਾਵਾਂ ਨੇ ਕਹਿਣਾ ਕਰਨਾ ਆ ਖੇਡੀਏ, ਮੈਂ ਉਹਨਾਂ ਨੂੰ ਕਹਿਣਾ ਕਰਨਾ ਨਹੀਂ ਮੈਂ ਖੇਡਣਾ ਨਹੀਂ, ਮੈਂ ਸਿਰਫ ਪੱਗ ਦੀ ਪ੍ਰੈਕਟਿਸ ਕਰਨੀ, ਕਿਉਂਕਿ ਮੈਨੂੰ ਪੱਗ ਦਾ ਬਹੁਤ ਜ਼ਿਆਦਾ ਚਾਅ ਸੀ। ਜਦੋਂ ਪੱਗ ਬੰਨਦੇ ਬੰਨਦੇ ਇੱਕ ਦਿਨ ਐਵੇਂ ਦਾ ਆਇਆ ਪੱਗ ਬਹੁਤ ਸੋਹਣੀ ਵੱਜ ਗਈ, ਮੈਨੂੰ ਖੁਦ ਨੂੰ ਵੀ ਯਕੀਨ ਨਾ ਹੋਇਆ ਵੀ ਇੰਨੀ ਸੋਹਣੀ ਪੱਗ ਵੱਜ ਗਈ ਮੇਰੇ ਤੋਂ, ਅਤੇ ਮੈਂ ਫਾਦਰ ਸਾਹਿਬ ਨੂੰ ਕਿਹਾ ਪੱਗ ਬਹੁਤ ਸੋਹਣੀ ਆਈ ਹੈ, ਮੈਨੂੰ ਤੁਸੀਂ ਇੱਕ ਫੋਟੋ ਖਿਚਵਾ ਕੇ ਲਿਆਓ ਸਟੂਡੀਓ 'ਚ। ਅਤੇ ਮੇਰੇ ਫਾਦਰ ਸਾਹਿਬ ਮੈਨੂੰ ਲੈ ਕੇ ਗਏ ਨੀਸੰਘ ਸਟੂਡੀਓ 'ਚ, ਉੱਥੋਂ ਫੋਟੋ ਕਰਵਾਈ। ਚਾਹੇ ਉਹ ਛੋਟਾ ਕੰਮ ਸੀ, ਚਾਹੇ ਨੀਸੰਘ ਜਾਣਾ, ਚਾਹੇ ਪਿੰਡ ਜਾਣਾ, ਸ਼ਹਿਰ ਜਾਣਾ, ਰਿਸ਼ਤੇਦਾਰੀ ਜਾਣਾ, ਮੈਂ ਹਰ ਰੋਜ਼ ਪੱਗ ਬੰਨਦਾ ਸਾਂ, ਕਿਉਂਕਿ ਮੈਨੂੰ ਬੜਾ ਚਾਅ ਸੀ, ਹਰ ਰੋਜ਼ ਪੱਗ ਬੰਨਣ ਦਾ ਮੈਨੂੰ ਸੀ, ਮੈਂ ਸੋਹਣੀ ਪੱਗ ਬੰਨਾਂ। ਜਿਵੇਂ ਜਿਵੇਂ ਪੱਗ ਬੰਨਦਾ ਗਿਆ, ਰਿਸ਼ਤੇਦਾਰ ਸਾਰੇ ਮੈਨੂੰ ਸਲਾਹਦੇ ਗਏ, ਯਾਰ ਦੋਸਤ ਭਰਾ ਸਾਰਿਆਂ ਨੇ ਕਿਹਾ ਬੜੀ ਸੋਹਣੀ ਪੱਗ ਤੂੰ ਬੰਨਣਾ। ਪਰ ਪੱਗ ਦੇ ਨਾਲ ਨਾਲ ਜਿਵੇਂ ਸਟੱਡੀ ਮੇਰੀ ਚੱਲਦੀ ਰਹੀ, ਪਲੱਸ ਟੂ ਪਾਸ ਕਰਦੀ ਮੈਂ ਚੰਡੀਗੜ੍ਹ ਆ ਗਿਆ, ਅਤੇ ਚੰਡੀਗੜ੍ਹ ਮੈਂ ਆਪਣੀ ਸਟੱਡੀ ਵੀ ਨਾਲ ਨਾਲ ਜਾਰੀ ਰੱਖੀ। ਅਤੇ ਨਾਲ ਨਾਲ ਮੈਨੂੰ ਕੁਛ ਇਹ ਸੀ, ਮੈਂ ਇੱਕ ਆਪਣੇ ਪੈਰਾਂ 'ਤੇ ਖੜ੍ਹਾਂ, ਕਿੰਨਾ ਕੁ ਦੇਰ ਮੈਂ ਘਰਦਿਆਂ ਤੋਂ ਖਰਚਾ ਮੰਗਵਾ ਕੇ ਆਪਣਾ ਫੀਸਾਂ ਭਰਾਂਗਾ। ਮੈਂ ਇੱਕ ਦੋ ਥਾਂ ਟਰਾਈ ਕੀਤਾ ਜੋਬ ਕਰਨ ਦੀ, ਪਰ ਮੈਨੂੰ ਕਿਤੇ ਵੀ ਜੋਬ ਨਹੀਂ ਮਿਲੀ। ਮੈਨੂੰ ਕਿਸੇ ਦੱਸਿਆ ਵੀ ਕੋਲ ਸੈਂਟਰ ਤੁਸੀਂ ਜੋਬ ਕਰ ਸਕਦੇ ਹੋ, ਅਤੇ ਪਲੱਸ ਟੂ ਬੇਸ ਦੇ ਉੱਤੇ ਮੈਂ ਕੋਲ ਸੈਂਟਰ ਜੋਬ ਕਰ ਲਈ, ਜੁਆਇਨ ਕਰ ਲਈ ਕੋਲ ਸੈਂਟਰ। ਜਦੋਂ ਜੋਬ ਕੀਤੀ ਮੇਰਾ ਪੈਸ਼ਨ ਨਹੀਂ ਸੀ ਕੋਲ ਸੈਂਟਰ, ਮੈਂ ਮੇਰਾ ਕੋਈ ਸਿਰਫ ਇੱਕ ਪੈਸੇ ਦੀ ਨੀਡ ਸੀ, ਇੱਕ ਸ਼ੁਰੂਆਤ ਸੀ ਵੀ ਹਾਂ ਮੈਂ ਕੁਛ ਆਪਣੇ ਲਈ ਕਰਨਾ। ਜਦੋਂ ਇੱਕ ਮਹੀਨਾ ਉੱਥੇ ਜੋਬ ਕੀਤੀ ਅਤੇ ਇੱਕ ਮਹੀਨੇ ਬਾਅਦ ਮੈਨੂੰ 5,000 ਸੈਲਰੀ ਮਿਲੀ। ਜਦੋਂ ਉਹ ਸੈਲਰੀ ਮਿਲੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ, ਅਤੇ ਨਾਲ ਪਰ ਮੈਂ ਉਹਨੂੰ ਕੰਟੀਨਿਊ ਨਹੀਂ ਕਰ ਸਕਦਾ, ਕਿਉਂਕਿ ਮੈਂ ਆਪਣੀ ਜ਼ਿੰਦਗੀ ਨੂੰ ਉੱਥੇ ਰੁਕਿਆ ਨਹੀਂ ਸਾਰਿਆਂ ਦੇਣਾ ਚਾਹੁੰਦਾ ਵੀ ਹਰ ਰੋਜ਼ ਆਓ ਅਤੇ ਫੋਨ ਸੁਣੋ, 8-8, 10-10 ਘੰਟੇ ਫੋਨ 'ਤੇ ਗੱਲਾਂ ਕਰੋ ਅਤੇ ਜਾਓ, ਪਰ ਹੋਰ ਮੈਨੂੰ ਕੋਈ ਚਾਰਾ ਨਹੀਂ ਸੀ ਲੱਭ ਰਿਹਾ। ਮੈਂ 2-4 ਮਹੀਨੇ ਜੋਬ ਕੀਤੀ, ਮੈਂ ਮਨ 'ਚ ਸੋਚਿਆ ਕਿਉਂ ਨਾ ਪਿੰਡ ਹੀ ਚੱਲ ਜਾਂਦਾ ਵਾਪਸ, ਪਰ ਮਨ ਦੇ ਵਿੱਚ ਕਿਤੇ ਇਹ ਵੀ ਖਿਆਲ ਆਉਂਦਾ ਸੀ ਜਦੋਂ ਪਿੰਡ ਜਾਵਾਂਗਾ ਤਾਂ ਪਿੰਡ ਵਾਲੇ ਕੀ ਕਹਿਣਗੇ, ਜਿਵੇਂ ਅਕਸਰ ਕਰਦੇ ਨੇ ਗੱਲਾਂ ਵੀ ਲੈ ਹੁਣ ਵਕੀਲ ਬਣ ਗਿਆ ਤੂੰ, ਕਿਉਂਕਿ ਬਣਿਆ ਕੁਛ ਨਹੀਂ ਸਾਂ। ਅਤੇ ਪਿੰਡ ਜਾਣ ਫਿਰ ਮਨ 'ਚ ਸੋਚਣਾ ਸਾਂ ਨਹੀਂ ਚੰਡੀਗੜ੍ਹ ਰਹਿੰਦਾ, ਫਿਰ ਮਨ 'ਚ ਸੋਚਣਾ ਨਹੀਂ ਪਿੰਡ ਜਾਵਾਂ, ਫਿਰ ਖਿਆਲ ਆਉਂਦਾ ਸੀ ਕਿਤੇ ਪਿੰਡ ਜੋਗਾ ਹੀ ਨਾ ਰਹਿ ਜਾਂ। ਆਖਿਰਕਾਰ ਮੈਂ ਮਨ ਬਣਾ ਹੀ ਲਿਆ, ਮੈਂ ਕਿਹਾ ਨਹੀਂ ਪਿੰਡ ਚੱਲਣੇ ਹਾਂ, ਕੁਛ ਨਵਾਂ ਕਰਦੇ ਹਾਂ, ਕੁਛ ਹੋਰ ਸ਼ੁਰੂਆਤ ਕਰਨੇ ਹਾਂ। ਜਦੋਂ ਪਿੰਡ ਗਿਆ ਤਾਂ ਪਿੰਡ ਵਾਲਿਆਂ ਨੇ ਉਹੀ ਆਪਣੇ ਸਾਰਿਆਂ ਨੇ ਕਿਹਾ ਵੀ ਲੈ ਤੈਨੂੰ ਪੜ੍ਹਨ ਭੇਜਿਆ ਸੀ, ਤੂੰ ਕੀ ਕਰਕੇ ਆਇਆ। ਮੈਂ ਉੱਥੇ ਜੋਬ ਕਰਨ ਦੀ ਟਰਾਈ ਕੀਤੀ ਜਾਂ ਕੁਛ ਬਿਜ਼ਨਸ ਕਰਨ ਦਾ ਟਰਾਈ ਕੀਤਾ, ਪਰ ਕੋਈ ਮੈਨੂੰ ਅੱਛਾ ਨਹੀਂ ਸੀ ਲੱਗ ਰਿਹਾ, ਕੁਛ ਵੀ ਮੇਰਾ ਸ਼ੁਰੂ ਨਹੀਂ ਸੀ ਹੋ ਰਿਹਾ। ਫਿਰ ਮੈਂ ਇੱਕ ਦਿਨ ਸੋਚਿਆ ਵੀ ਮੈਨੂੰ ਸਾਰੇ ਪੱਗ ਲਈ ਬੜਾ ਸਲਾਹਦੇ ਨੇ ਵੀ ਤੂੰ ਪੱਗ ਬੜੀ ਵਧੀਆ ਬੰਨ। ਅਕਸਰ ਮੈਨੂੰ ਕਈ ਵਾਰ ਜਦੋਂ ਪੱਗ ਬੰਨ ਅਸੀਂ ਸਕੂਲ ਟਾਈਮ 'ਚ ਪੱਗ ਬੰਨਦੇ ਸਨ, ਉਦੋਂ ਨਾਲ ਦੇ ਯਾਰ ਦੋਸਤ ਵੀ ਕਹਿ ਦਿੰਦੇ ਸਨ ਵੀ ਲੈ ਆਪਣੇ ਸਿਰ 'ਤੇ ਤੂੰ ਪੱਗ ਬੰਨ ਲੈਂਦਾ, ਬੜੀ ਸੌਖੀ ਗੱਲ ਹੈ, ਪਤਾ ਉਦੋਂ ਲੱਗੇਗਾ ਜਦੋਂ ਕਿਸੇ ਦੂਜੇ ਦੇ ਸਿਰ 'ਤੇ ਪੱਗ ਬੰਨੇਗਾ। ਜਦੋਂ ਵੀ ਆਪਾਂ ਰਿਸ਼ਤੇਦਾਰੀ 'ਚ, ਸਕੂਲ 'ਚ ਜਾਂ ਕਾਲਜ 'ਚ ਗਏ ਤਾਂ ਮੈਨੂੰ ਜਿਹਨੇ ਵੀ ਕਿਹਾ ਪੱਗ ਬੰਨਣ ਲਈ, ਅਤੇ ਮੈਂ ਉਹਨੂੰ ਖਿੜੇ ਮੱਥੇ ਲਿਆ, ਮੈਂ ਕਿਹਾ ਹਾਂ ਮੈਂ ਬੰਨਣਾ ਪੱਗ, ਕਿਉਂਕਿ ਮੈਨੂੰ ਇੱਕ ਚਾਅ ਸੀ, ਮੈਨੂੰ ਇੱਕ ਸੀ ਵੀ ਮੈਂ ਆਪਣੇ ਸਿਰ 'ਤੇ ਵੀ ਪੱਗ ਬੰਨਾਂ ਅਤੇ ਦੂਜੇ ਸਿਰ 'ਤੇ ਵੀ ਮੈਂ ਸੋਹਣੀ ਪੱਗ ਬੰਨਾਂ। ਫਿਰ ਇੱਕ ਦਿਨ ਮੈਨੂੰ ਮਨ 'ਚ ਖਿਆਲ ਆਇਆ, ਆਪਣੇ ਆਪ ਨਾਲ ਮੈਂ ਸਲਾਹ ਕੀਤੀ ਵੀ ਜੇ ਆਪਾਂ ਪੱਗ ਵੀ ਵਧੀਆ ਬੰਨ ਲੈਂਦੇ ਹਾਂ, ਸਾਰੇ ਕਹਿੰਦੇ ਨੇ ਤੂੰ ਪੱਗ ਵਧੀਆ ਬੰਨ ਲੈਂਦਾ, ਤਾਂ ਕਿਉਂ ਨਾ ਫਿਰ ਮੈਂ ਇੱਕ ਪਗੜੀ ਸੈਂਟਰ ਖੋਲ੍ਹ ਦਿਆਂ, ਨਾਲੇ ਨਾਲੇ ਪੱਗ ਵੀ ਸਿਖਾਵਾਂਗੇ, ਨਾਲੇ ਥੋੜ੍ਹਾ ਜਿਹਾ ਇਨਕਮ ਵੀ ਆਉਣੀ ਸ਼ੁਰੂ ਹੋ ਜਾਏਗੀ। ਫਿਰ ਮੈਂ ਉੱਥੇ ਇੱਕ ਚੁਬਾਰਾ ਲਿਆ ਛੋਟਾ ਜਿਹਾ, ਉਹਦਾ ਨਾਂ ਰੱਖਿਆ ਕੰਗ ਪਗੜੀ ਸੈਂਟਰ, ਅਤੇ ਉਹ ਸ਼ੁਰੂ ਕਰ ਦਿੱਤਾ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਪਹਿਲਾਂ ਵੀ ਲੋਕ ਗੱਲਾਂ ਕਰਦੇ ਸਨ ਵੀ ਤੂੰ ਕੁਛ ਕਰ ਨਹੀਂ ਰਿਹਾ,
ਅਤੇ ਜਦੋਂ ਪਗੜੀ ਸੈਂਟਰ ਖੋਲ੍ਹਤਾ ਉਦੋਂ ਵੀ ਲੋਕ ਗੱਲਾਂ ਕਰਨ ਲੈ, ਤੂੰ ਚੰਗਾ ਭਲਾ ਸਰਦਾਰਾਂ ਦਾ ਮੁੰਡਾ, ਚੰਗਾ ਭਲਾ ਜੱਟਾਂ ਦਾ ਮੁੰਡਾ, ਜ਼ਮੀਨ ਜਾਇਦਾਦ ਤੇਰੇ ਕੋਲ, ਅਤੇ ਤੂੰ 100-100 ਰੁਪਏ ਬਦਲ ਪੱਗ ਬੰਨੇਗਾ। ਮੈਂ ਕਿਸੇ ਦੀ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ। ਜਦੋਂ ਮੈਂ ਉੱਥੇ ਆਪਣੇ ਸੈਂਟਰ 'ਤੇ ਬਹਿ ਗਿਆ, ਪੱਗਾਂ ਬੰਨੀਆਂ, ਹਰ ਕੋਈ ਦੂਲਾ ਵੀ ਆਇਆ ਪੱਗ ਬਣਾਉਣ, ਕੋਈ ਆਮ ਬੰਦਾ ਪੱਗ ਬਣਾਉਣ ਆਇਆ, ਸਾਰਿਆਂ ਨੂੰ ਪੱਗਾਂ ਬੰਨੀਆਂ। ਅਤੇ ਜਦੋਂ ਮੈਂ ਇੱਕ ਮੰਥ ਬਾਅਦ ਸਾਰਾ ਹਿਸਾਬ ਕੀਤਾ, ਬਿਜਲੀ ਪਾਣੀ ਰੈਂਟ ਸਾਰਾ ਖਰਚੇ ਕੱਢ ਕੇ ਮੈਂ ਜਦੋਂ ਹਿਸਾਬ ਕੀਤਾ, ਤਾਂ ਮੈਨੂੰ ਜਿਹੜੀ ਆਮਦਨ ਸੀ ਉਹ 200 ਰੁਪਈਆ ਨਿਕਲੀ ਵਿੱਚੋਂ। ਅਤੇ ਮੈਂ ਉਹ 200 ਨੂੰ ਇਹ ਨਹੀਂ ਹੌਸਲਾ ਨਹੀਂ ਹਾਰਿਆ ਵੀ ਮੈਨੂੰ 200 ਹੋਏ ਤਾਂ ਮੈਂ ਇਹ ਕੰਮ ਛੱਡ ਦੇਣਾ, ਨਹੀਂ, ਮੈਨੂੰ ਆਪਣੇ ਆਪ 'ਤੇ ਭਰੋਸਾ ਸੀ। ਮੈਂ ਕਿਹਾ ਜੀ ਅੱਜ 200 ਹੋਏ, ਕੱਲ੍ਹ ਨੂੰ 2000 ਹੋਏਗਾ, ਅਤੇ ਪਰਸੋਂ ਨੂੰ 40,000 ਵੀ ਹੋਏਗਾ। ਮੈਨੂੰ ਆਪਣੇ ਆਪ 'ਤੇ ਭਰੋਸਾ ਸੀ, ਮੈਂ ਕੁਛ ਕਰਾਂਗਾ ਵਧੀਆ। ਠੀਕ, ਮੇਰਾ ਪਗੜੀ ਸੈਂਟਰ ਉੱਥੇ ਵਧੀਆ ਚੱਲਣ ਲੱਗ ਗਿਆ, ਪਰ ਜਿਹੜੀ ਇੱਕ ਮਨ ਦੇ ਵਿੱਚ ਇੱਕ ਕੁਛ ਕਰਨ ਦੀ ਇੱਛਾ, ਕਿਸੇ ਮੁਕਾਮ 'ਤੇ ਪਹੁੰਚਣ ਦੀ ਇੱਛਾ ਸੀ, ਉਹ ਹਾਲੇ ਮਨ ਦੇ ਵਿੱਚ ਬਾਕੀ ਸੀ। 19 ਦਿਨ ਹੀ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ, ਅਤੇ ਫੋਨ 'ਤੇ ਕਹਿੰਦਾ ਵੀ ਦਲਜੀਤ ਦੋਸਾਂਝ ਭਾਅ ਜੀ ਦੇ ਪੱਗ ਬੰਨਣੀ ਸਵੇਰੇ ਅੰਮ੍ਰਿਤਸਰ ਆ ਜਾ। ਪਹਿਲਾਂ ਤਾਂ ਮੈਨੂੰ ਇੱਕ ਮਿੰਟ ਯਕੀਨ ਹੀ ਨਹੀਂ ਹੋਇਆ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਮੇਰੇ ਨਾਲ ਮਜ਼ਾਕ ਨਾ ਕਰ ਭਾਅ ਜੀ, ਤਾਂ ਖੁਦ ਆਪ ਇੰਨੀ ਸੋਹਣੀ ਪੱਗ ਬੰਨ ਲੈਂਦੇ ਨੇ, ਕਿਉਂਕਿ ਮੈਂ ਉਹਨਾਂ ਦੀਆਂ ਸਾਰੀਆਂ ਫਿਲਮਾਂ ਸਾਰੇ ਗਾਣੇ ਉਹਨਾਂ ਦੇ ਵੇਖੇ ਸਨ, ਇੰਨੀਆਂ ਸੋਹਣੀਆਂ ਉਹਨਾਂ ਪੱਗਾਂ ਦਸਤਾਰ ਆਪ ਉਹਨਾਂ ਸਜਾਈ ਸੀ। ਮੈਂ ਕਿਹਾ ਨਹੀਂ, ਤੂੰ ਝੂਠ ਬੋਲਣਾ, ਉਂਝ ਜੇ ਤੈਨੂੰ ਹੋਰ ਕੋਈ ਕੰਮ ਹੈ ਮੇਰੇ ਨਾਲ ਤਾਂ ਮੈਂ ਤੇਰੇ ਕੋਲ ਆ ਜਾਂਦਾ, ਜੇ ਤੂੰ ਪਰਸਨਲ ਮੈਨੂੰ ਕੋਈ ਹੋਰ ਕੰਮ ਦੱਸਣਾ ਇਸ ਬਹਾਨੇ ਮੈਨੂੰ ਤੂੰ ਅੰਮ੍ਰਿਤਸਰ ਨਾ ਸੱਦ। ਉਹਦੀ ਗੱਲ 'ਤੇ ਮੈਨੂੰ ਯਕੀਨ ਤਾਂ ਨਹੀਂ ਆਇਆ, ਪਰ ਫਿਰ ਵੀ ਮੈਂ ਉਹਦੇ ਕਹੇ 'ਤੇ ਮੈਂ ਸਵੇਰ ਦੀ ਟ੍ਰੇਨ ਫੜ ਕੇ ਅੰਮ੍ਰਿਤਸਰ ਆ ਗਿਆ। ਰਸਤੇ ਦੇ ਵਿੱਚ ਮੈਨੂੰ ਬੜੇ ਮੇਰੇ ਮਨ ਦੇ ਵਿੱਚ ਵਲਵਲੇ ਆਏ, ਕਦੀ ਸੋਚਿਆ ਨਹੀਂ ਇਹ ਝੂਠ ਬੋਲ ਰਿਹਾ, ਕਦੀ ਸੋਚਿਆ ਨਹੀਂ ਇਹ ਠੀਕ ਹੀ ਕਹਿੰਦਾ ਹੋਣਾ ਵੀ ਸੱਚ ਹੀ ਹੋਣਾ, ਕਦੀ ਸੋਚਿਆ ਨਹੀਂ ਮੈਂ ਇੱਕ ਹਰਿਆਣੇ ਤੋਂ, ਮੈਨੂੰ ਕਿੱਥੋਂ ਫੋਨ ਆਇਆ ਹੋਣਾ, ਨਹੀਂ ਇਹ ਝੂਠ ਬੋਲਦਾ, ਹੋਰ ਕੋਈ ਗੱਲ ਹੋਣੀ। ਕਰਦੇ ਕਰਦੇ ਅੰਮ੍ਰਿਤਸਰ ਮੈਂ ਜਦੋਂ ਉਤਰਿਆ, ਮੈਨੂੰ ਹਯਾਤ ਹੋਟਲ ਉਹਨਾਂ ਕਿਹਾ ਪਹੁੰਚਣ ਲਈ, ਅਤੇ ਮੈਂ ਰੂਮ ਨੰਬਰ ਪਤਾ ਕੀਤਾ, ਅਤੇ ਪਹਿਲੀ ਵਾਰ ਮੈਂ 5-star ਹੋਟਲ 'ਚ ਐਂਟਰ ਕੀਤਾ। ਮੈਨੂੰ ਕੋਈ ਸੋਝ ਨਹੀਂ ਸੀ ਰਿਹਾ, ਪਰ ਮੈਂ ਪੁੱਛ ਕੇ ਫਿਰ ਵੀ ਰੂਮ ਨੰਬਰ ਗਿਆ ਉੱਪਰ ਰੂਮ ਦੇ। ਵਾਕਈ ਭਾਅ ਜੀ ਉੱਥੇ ਬੈਠੇ ਸਨ, ਡਾਇਰੈਕਟਰ ਸਾਹਿਬ ਬੈਠੇ ਸਨ, ਕੋਸਟਿਊਮ ਡਾਇਰੈਕਟਰ ਸਾਹਿਬ ਬੈਠੇ ਸਨ। ਮੈਨੂੰ ਇੱਕ ਵਾਰ ਇੰਝ ਹੋਇਆ ਜਿਵੇਂ ਆਪਾਂ ਹਨੇਰੇ ਦੇ ਕਮਰੇ ਦੇ ਵਿੱਚੋਂ ਇੱਕ ਰੋਸ਼ਨੀ ਵੱਲ ਜਾਂਦੇ ਹਾਂ, ਅਤੇ 2 ਮਿੰਟ ਲਈ ਆਪਾਂ ਨੂੰ ਕੁਛ ਨਹੀਂ ਦਿਸਦਾ। ਸੇਮ ਮੇਰੇ ਨਾਲ ਵੀ ਐਵੇਂ ਹੋਇਆ, ਮੈਨੂੰ ਇੱਕ ਲੱਗਾ ਵੀ ਯਕੀਨ ਹੀ ਨਹੀਂ ਹੋਇਆ ਵੀ ਮੈਂ ਇੱਥੇ ਖੜ੍ਹਾਂ, ਪਰ ਫਿਰ ਵੀ ਮੈਂ ਆਪਣੇ ਆਪ ਨਾਲ ਗੱਲਾਂ ਕਰਾਂ ਵੀ ਜੇ ਮੈਨੂੰ ਐਡਾ ਮੌਕਾ, ਐਡਾ ਚਾਂਸ ਮਿਲਿਆ, ਕਿਉਂਕਿ ਸਾਰੀ ਉਮਰ ਲੰਘ ਜਾਂਦੀ ਹੈ, ਮੌਕਾ ਨਹੀਂ ਮਿਲਦਾ, ਮੌਕਾ ਬੜਾ ਘੱਟ, ਅਤੇ ਵਾਰ ਵਾਰ ਮੌਕਾ ਬੜਾ ਘੱਟ ਮਿਲਦਾ, ਅਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਸਾਂ ਵੀ ਤੈਨੂੰ ਅੱਜ ਇਹ ਮੌਕਾ ਮਿਲਿਆ, ਤੂੰ ਆਪਣਾ 200% ਇਹਦੇ 'ਚ ਤੂੰ ਬੈਸਟ ਕਰਨਾ। ਜਦੋਂ ਮੈਂ ਉੱਥੇ ਪਹੁੰਚਿਆ ਅਤੇ ਭਾਅ ਜੀ ਨੇ ਮੈਨੂੰ ਕਿਹਾ ਵੀ, ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਦੀ ਪੱਗ ਬੰਨਣੀ, ਉਹਨਾਂ ਦੱਸਿਆ ਵੀ ਥੋੜ੍ਹਾ ਜਿਹਾ ਆਹ ਸਟਾਈਲ ਮੈਂ ਪੂਣੀ ਕਰਕੇ ਅਤੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਜਦੋਂ ਪੱਗ ਬੰਨੀ, ਭਾਅ ਜੀ ਕਹਿੰਦੇ ਵੀ ਪੱਗ ਠੀਕ ਹੈ ਪਰ ਥੋੜ੍ਹਾ ਜਿਹਾ ਜੇ ਆਪਾਂ ਐਵੇਂ ਚੇਂਜ ਕਰ ਲਈਏ। ਮੈਂ ਕਿਹਾ ਠੀਕ ਹੈ ਜੀ, ਮੈਂ ਪੱਗ ਦੁਬਾਰਾ ਸ਼ੁਰੂ ਕਰਤੀ ਬੰਨਣੀ। ਉਸੇ ਟਾਈਮ ਉਹਨਾਂ ਕਹਿ ਦਿੱਤਾ, ਪੱਗ ਵੇਖ ਕੇ ਕਹਿਣ ਲੱਗੇ ਠੀਕ ਹੈ ਜੀ ਵੀ ਆਪਾਂ ਕੱਲ੍ਹ ਤੋਂ ਸ਼ੂਟਿੰਗ ਸ਼ੁਰੂ ਕਰਨੇ ਹਾਂ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਖੁਦ 'ਤੇ ਵੀ ਇਹ ਕਿਵੇਂ ਹੋ ਗਿਆ ਇਹ ਸਾਰਾ ਕੁਝ, ਪਰ ਮੈਨੂੰ ਉਦਣ ਲੱਗਾ ਜਦੋਂ ਮੈਂ ਪੱਗ ਬੰਨਣੀ ਸ਼ੁਰੂ ਕੀਤੀ ਸੀ, ਮੇਰੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਸੀ ਵੀ ਜਿਹੜੀ ਮੈਂ ਇੰਨੇ ਸਾਲਾਂ ਤੋਂ ਮਿਹਨਤ ਕੀਤੀ ਹੈ ਉਹਦਾ ਰਿਜ਼ਲਟ ਅੱਜ ਨਿਕਲਣਾ। ਸਭ ਤੋਂ ਪਹਿਲਾਂ ਮੈਂ ਘਰ ਫੋਨ ਕੀਤਾ, ਘਰਦਿਆਂ ਨੂੰ ਮੈਂ ਖੁਸ਼ਖਬਰੀ ਦਿੱਤੀ ਵੀ ਮੈਂ ਸਿਲੈਕਟ ਹਾਂ, ਅਤੇ ਘਰਦਿਆਂ ਨੂੰ ਨਾਲੇ ਵੀ ਕਹਿ ਦਿੱਤਾ ਵੀ ਹੁਣ ਬਾਕੀ ਦੇ ਕੱਪੜੇ ਮੈਨੂੰ ਭਿਜਵਾ ਦਿਓ ਕਿਉਂਕਿ ਮੈਂ ਕੱਪੜੇ ਜ਼ਿਆਦਾ ਲੈ ਕੇ ਨਹੀਂ ਸਾਂ ਆਇਆ। 50 ਦਿਨ, ਅਗਲੇ ਦਿਨ ਤੋਂ 50 ਦਿਨ ਲਗਾਤਾਰ ਸ਼ੂਟ ਚੱਲਿਆ, ਉਹ ਫਿਲਮ ਸੀ ਪੰਜਾਬ 1984। ਉਸ ਤੋਂ ਬਾਅਦ ਜਿੰਨੀਆਂ ਵੀ ਭਾਅ ਜੀ ਦੀਆਂ ਫਿਲਮਾਂ ਆਈਆਂ, ਜਿੰਨੇ ਵੀ ਗਾਣੇ ਆਏ ਨੇ, ਸਾਰਿਆਂ ਦੇ ਵਿੱਚ ਪੱਗ ਬੰਨਣ ਦਾ ਮੌਕਾ ਮੈਨੂੰ ਮਿਲਿਆ। ਜਿਨ੍ਹਾਂ ਵਿੱਚੋਂ ਫਿਲਮਾਂ ਨੇ ਸੂਰਮਾ, ਪੰਜਾਬ 1984, ਛੜਾ, ਉੜਤਾ ਪੰਜਾਬ, ਮੈਂ ਭਾਅ ਜੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਮੇਰੇ ਕੰਮ ਨੂੰ, ਮੇਰੀ ਮਿਹਨਤ ਨੂੰ ਉਹਨਾਂ ਸਮਝਿਆ ਅਤੇ ਮੈਨੂੰ ਇੰਨੇ ਜੋਗਾ ਸਮਝਿਆ। ਮੈਂ ਭਾਅ ਜੀ ਦੇ ਨਾਲ ਘੱਟੋ ਘੱਟ 8 ਤੋਂ 10 ਕੰਟਰੀਆਂ 'ਚ ਟਰੈਵਲ ਹਾਂ। ਮੈਂ ਜਦੋਂ 10x12 ਦੇ ਕਮਰੇ ਦੇ ਵਿੱਚ 20-20 ਪੱਗਾਂ ਮੈਂ 100-100 ਦੇ ਹਿਸਾਬ ਨਾਲ ਬੰਨਦਾ ਹੁੰਦਾ ਸਾਂ, ਅਤੇ ਅੱਜ ਮੈਂ ਕਰੋੜਾਂ ਦੇ ਸੈੱਟ ਦੇ ਉੱਤੇ ਪੱਗਾਂ ਬੰਨਣਾ, ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ। ਇਹ ਮੇਰੀ ਮਿਹਨਤ ਰੰਗ ਲਿਆਈ ਹੈ। ਕਿੱਥੇ ਮੈਂ ਇੱਕ ਕਰਨਾਲ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕੁਝ ਸੁਪਨੇ ਲੈ ਕੇ ਅੱਗੇ ਵਧਿਆ ਸਾਂ, ਅੱਜ ਮੈਂ ਵਿਦੇਸ਼ਾਂ ਦੇ ਵਿੱਚ ਅਨੇਕਾਂ ਕੰਟਰੀਆਂ ਦੇ ਵਿੱਚ ਜਾ ਕੇ ਮੈਂ ਆਪਣੇ ਸੁਪਨੇ ਪੂਰੇ ਕਰਨਾ, ਉੱਥੇ ਮੈਨੂੰ ਵਾਚਣ ਦਾ ਮੌਕਾ ਮਿਲਦਾ। ਤੁਸੀਂ ਵੀ ਹਰ ਸੁਪਨਾ ਪੂਰਾ ਕਰ ਸਕਦੇ ਹੋ ਜੇ ਤੁਸੀਂ ਸੱਚੀ ਸਾਫ਼ ਨੀਅਤ ਅਤੇ ਆਪਣੀ ਸ਼ਿੱਦਤ ਮਿਹਨਤ ਨਾਲ ਤੁਸੀਂ ਜੇ ਆਪਣਾ ਕੁਝ ਸੋਚ ਕੇ ਅੱਗੇ ਚੱਲ ਰਹੇ ਹੋ ਤਾਂ ਕੁਦਰਤ ਉਹ ਚੀਜ਼ ਤੁਹਾਨੂੰ ਜ਼ਰੂਰ ਦੇਵੇਗੀ। ਤੁਸੀਂ ਇਹ ਸੋਚ ਕੇ ਨਿਰਾਸ਼ ਨਹੀਂ ਹੋਣਾ
कि तुहाडे कोल पैसे नहीं है, तुहाडे कोल कोई साधन नहीं है, तुहाडी कोई हैल्प नहीं कर रहा। जे तुहाडा सुपना तुहाडे दिमाग ते तुहाडे दिल दे विच है, तुसी सच्ची मेहनत ते सच्ची नीयत नाल वो काम कर रहे हो, वो सोच नूं अगे लैके जा रहे हो, ते वो सपना तुहाडे तो कोई नहीं खो सकता। जे सपने तुहाडे ने ते कोशिश भी तुहानूं करनी पैनी है। सत श्री अकाल जी, धन्यवाद। जे तुहानूं मेरी कहानी तो कुछ सीखण नूं मिलिया ते कमेंट करके जरूर दसना। इदां दीआं होर कहानियां सुनन लई जोश टॉक दे चैनल नूं सबसक्राइब, लाइक, शेयर जरूर करो।